ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ, ਮੈਂ ਹੂੰ ਖਾਲਿਦ ਮਹਿਮੂਦ ਔਰ ਆਪ ਦੇਖ ਰਹੇ ਹੈਂ ਮੇਰਾ ਯੂਟਿਊਬ ਚੈਨਲ। ਸਰ ਵਾਪਸ ਹੋ ਰਹੇ ਹਾਂ ਆਸਾ ਆਸਾ, ਕਿਉਂਕਿ ਉਤਰਾਈ ਬਹੁਤ ਜ਼ਿਆਦਾ, ਦਿਲ ਹੀ ਨਹੀਂ ਕਰਦਾ, ਦਿਲ ਕਰਦਾ ਕਿ ਮੰਨਾ ਤੇ ਟੈਂਟ ਲੈ ਕੇ ਬਸ। ਕਿਹੜੀ ਜਗ੍ਹਾ ਤੇ? ਮੰਡਾ ਗੁੱਛਾ ਤੋਂ ਨਾ, ਜਦੋਂ ਅਸੀਂ ਜਾਂਦੇ ਹਾਂ ਮੰਡਾ ਗੁੱਛਾ। ਹਾਂਜੀ, ਉਹ ਕਿੱਥੇ ਹੈ? ਹੈ ਮਾਨਸਾ ਤੋਂ, ਜਦੋਂ ਮੂਸਾ ਕਾ ਮਸਾਲਾ ਨਹੀਂ ਸੀ? ਹਾਂ, ਮੂਸਾ ਕਾ ਮਸਾਲਾ ਤਾਂ ਮੈਂ ਕਈ ਵਾਰੀ ਕੀਤਾ ਹੈ। ਨਹੀਂ ਮੰਨੇ ਉਸਤਾਦ ਸਾਹਿਬ, ਨੂੰ ਯਕੀਨ ਨਹੀਂ ਆਇਆ ਮੇਰੀ ਗੱਲ ਦਾ। ਐਮ ਸਾਹਿਬ ਤੁਸੀਂ ਗੱਲ ਮੰਨਦੇ ਕਿ ਨਹੀਂ ਮੰਨਦੇ? ਬਿਲਕੁਲ ਮੈਨੂੰ ਯਕੀਨ ਹੈ ਤੁਹਾਡੇ ਕਈ ਵਾਰੀ ਮੈਂ ਫੋਟੋ ਚ ਦੇਖਿਆ ਤੇ ਮਾਸ਼ਾਅੱਲਾ ਪਿਆਰੀ ਜਗ੍ਹਾ। ਅੱਛਾ ਜੀ, ਇਹ ਮੂਸਾ ਕਾ ਮਸਾਲਾ ਉਧਰ ਨੀਗਾ? ਉਹ ਨਹੀਂ ਨਹੀਂ ਉਹ ਜਿਹੜੀ ਯਾਰ ਬੜੀ ਖੂਬਸੂਰਤ ਜਗ੍ਹਾ ਹੈ ਉਹਦੇ ਉੱਤੇ, ਉਹ ਕੀ ਹੈਗਾ ਸਿਰੀ ਪਾਏ ਦੇ ਉੱਤੇ? ਨਹੀਂ ਉਹ ਮਕੜਾ ਪੀ। ਅੱਛਾ ਉਹ ਮਕੜਾ ਪੀ ਕੇ ਮੈਂ ਉਹ ਕੀਤੀ ਸੀ ਸੱਚ? ਹਾਂ ਯਾਦ ਆ ਗਿਆ, ਮਕੜਾ ਪੀ ਦੇਖੀ ਅਹਿਮਦ ਸਾਹਿਬ? ਮਕੜਾ ਤੁਸੀਂ ਦੇਖਿਆ ਸਭ ਕੁਛ ਯਾਰ? ਮਕੜਾ ਪੀ ਕੇ ਮੈਂ ਦੇਖੀ ਹੈ, ਉਹ ਸ਼ੂਗਰਾਂ ਤੋਂ ਵੀ ਦੇਖੀਏ ਤੇ ਮਕੜਾ ਪੀਕ ਮੈਂ ਦੇਖੀ ਭਾਜੀ ਦੇ ਐਵੇਂ ਗੱਲ ਕੋ ਰਹਿ ਜਾਏ ਕਿ ਅਸੀਂ ਉਹ ਇਹ ਨਹੀਂ ਵੇਖਿਆ ਤੋ ਨਹੀਂ ਵੇਖਿਆ, ਅਲਹਮਦੁਲਿਲਾ ਸਭ ਵੇਖਿਆ, ਕਿਉਂਕਿ ਕਿੰਨੇ ਕਿੰਨੇ ਦੇਰ ਅਸੀਂ ਡਿਸਕਵਰੀ ਚੈਨਲ ਦੇਖਦੇ ਹਾਂ ਤੇ ਉਹ ਫਿਰ ਸਾਰਾ ਕੁਛ ਵਿਖਾਉਂਦੇ ਨੇ। ਇਹ ਤੁਸੀਂ ਦੇਖ ਲਓ ਚੜ੍ਹਾਈਆਂ ਕਿੱਡੀਆਂ ਟਫ ਕਿਸਮ ਦੀਆਂ ਉੱਤਰ ਰਹੇ ਹਾਂ, ਉਤਰੇਗੀ ਇਨਸ਼ਾਅੱਲਾ ਆਰਾਮ ਨਾਲ, ਕਿਉਂਕਿ ਚੜ੍ਹਨ ਵਾਸਤੇ ਨਾ ਉਹ ਐ ਸੀ। ਹਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਕੈਮਰਾ ਚੇਂਜ ਕਰਕੇ ਨਾ, ਨਹੀਂ ਇਹ ਵਿੱਚ ਥੋੜਾ ਕੱਟ ਸੀ ਨਾ, ਨਹੀਂ ਨਹੀਂ ਚੜ ਜਾਣ ਲੱਗਿਆ ਖੜ 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 ਕੀਤੀ ਨਹੀਂ ਗੱਡੀ ਗੱਡੀ ਜੀ ਵਾਪਸ ਆਵੇ ਉਹ ਹੁੰਦਾ ਉਹ ਨਹੀਂ ਰਿਦਮ ਨਹੀਂ ਬਣੀ ਕਿਉਂਕਿ ਉਹਦੇ ਚ ਨਾ ਉਹ ਦਰਮਿਆਨ ਚ ਟੁੱਟੀ ਸੀ। ਮੈਂ ਤੇ ਦੀ ਖਾਰੀ ਕਰੀ ਆ ਵਾਪਸ ਨਹੀਂ ਆਉਂਦੀ ਸੀ, ਮੇਰਾ ਲਗਾ ਡਰਾਈਵਰ ਹੁੰਦਾ ਵਾਪਸ ਆਣ ਨਹੀਂ ਸੀ। ਸਰ ਜੀ ਜਿੰਨੇ ਸਾਡੇ ਕੋਲ ਤੇ ਡਰਾਈਵਰ ਨੇ ਨਾ, ਉਹਨਾਂ ਚ ਦੋ ਡਰਾਈਵਰ ਸੁਪਰ ਹਿੱਟ ਨੇ, ਇੱਕ ਅਹਿਮਦ ਨਵਾਜ਼ ਸਾਹਿਬ, ਇੱਕ ਚੌਧਰੀ ਸ਼ੁਐਬ ਸਾਹਿਬ। ਇੱਥੇ ਚੌਧਰੀ ਦੀ ਗੱਡੀ ਭਾਵੇਂ ਲੈ ਜਾਂਦੇ, ਅੱਲਾ ਦੀ ਦੇਣ ਹੈ ਚੌਧਰੀ ਬੈਗਨਾ ਦਾ ਕਮਾਲ ਹੈਗਾ ਥੋੜਾ ਜਿਹਾ। ਮੈਂ ਹਜੇ ਚੌਧਰੀ ਸ਼ੁਐਬ ਦੀ ਤਾਰੀਫ ਸ਼ੁਰੂ ਕੀਤੀ ਹੈ, ਨਾਲ ਹੀ ਉਸਤਾਦ ਸਾਹਿਬ ਕਹਿੰਦੇ ਹੁਣ ਵੀ ਗੱਡੀ ਲੈ ਗਈ ਚੌਧਰੀ ਤੋਂ, ਅੱਲਾ ਮਾਫ ਕਰੇ ਮੋਂ ਤੇ ਕੁਝ ਕਹਿ। ਔਰ ਚੌਧਰੀ ਸਾਹਿਬ, ਹਾਂਜੀ ਚੌਧਰੀ ਸਾਹਿਬ ਬਲੋਚਿਸਤਾਨ ਦੀ ਤੇ ਸਿੰਧ ਦੀ ਕਣਕ ਵੱਢ ਕੇ ਇਸ ਟਾਈਮ ਵਿਹਲੇ ਹੋਏ ਨੇ, ਜਲੀਲ ਹੋ ਕੇ ਆ ਰਹੇ ਹੋ ਤੇ ਇਸ ਟਾਈਮ ਅੱਲਾ ਹੀ ਰਹਿਮਤ ਨਾਲ ਕਾਲੇ ਸਿਆਹ ਹੋਏ ਨੇ ਕਣਕ ਵੱਢ ਵੱਢ ਕੇ। ਲੇਕਿਨ ਸੁਡਾਨੀਆਂ ਦੀ ਇੱਕ ਖੂਬੀ ਹੈ ਕਿ ਹੈ ਲੜਾਈ ਝਗੜੇ ਵਾਲੇ ਨੀ ਕਿ ਹੈ ਤਮੀਜ਼ ਵਾਲੇ, ਕੋਈ ਸੁਡਾਨੀ ਲੜਾਈ ਝਗੜਾ ਨੀ, ਕੋਈ ਕੁਛ ਨੀ, ਭਿੰਡੀ ਖਾਣ ਤੇ ਖਾਣ। ਮੈਨੂੰ ਖੁਦ ਹੀ ਦਿੱਤੀ ਹੈ ਕਿ ਜੀ ਲਾ ਲਓ ਜਰਾ ਸ਼ੋ ਸ਼ੂ ਬਣ ਜਾਏ ਤੇ ਉਹ ਜਨਾਬ ਕਹਿੰਦੇ ਨੇ ਤੁਸੀਂ ਉਹ ਵੀ ਮੰਗ ਕੇ ਲਾਈ ਸੀ ਤੇ ਇਹ ਵੀ ਮੰਗ ਕੇ ਲਾਈ। ਗੱਲ ਹੈ ਸਹੀ ਹੈ ਕਿ ਦੋਵੇਂ ਮੰਗ ਕੇ ਲਾਈਆਂ ਨੇ, ਪਰ ਇਹ ਗੱਲ ਦੱਸਣ ਵਾਲੀ ਤੇ ਨਹੀਂ ਨਾ ਹੈ।
ਬੰਦਾ ਇਹੋ ਜਿਹੀਆਂ ਗੱਲਾਂ ਦਿਲ ਚ ਰੱਖ ਲੈਂਦਾ ਤੇ ਉਹ ਜਨਾਬ ਦੱਸਿਆ ਜਾ ਰਿਹਾ ਵੀ ਇਹਨਾਂ ਕੋ ਮੰਗ ਲਾਈ ਅਜੇ ਤੇ ਇਹਨਾਂ ਨੂੰ ਇਹ ਨੀ ਪਤਾ ਕਿ ਮੈਂ ਜਿਹੜੀ ਪੈਂਟ ਤੇ ਸ਼ਰਟ ਪਾਈ ਹੋਈ ਹੈ ਉਹ ਵੀ ਸੱਚੇ ਸੱਚ ਮੈਂ ਦੱਸਿਆ ਕੱਲ ਉਹ ਵੀ ਨੀ ਆਪਣੀ ਜੈਕਟ ਆਪਣੀ ਜੈਕਟ ਆਪਣੀ ਹੈ ਤੇ ਬੇਟੇ ਦੀ ਹੱਸਣ ਦੀ ਮੈਂ ਜਾ ਪੈਂਟ ਪਾਈ ਹੈ ਤੇ ਜੈਕਟ ਵੀ ਸ਼ਰਟ ਵੀ ਉਹਦੀ ਪਾਈ ਹੋਈ ਬੇਟੇ ਦੀ ਤੇ ਜਿਹੜੀ ਕੈਪ ਪਾਈ ਇਹ ਜਨਾਬ ਉਹਨਾਂ ਨੇ ਨਿਕੋ ਮੂਲੀ ਵਾਲੇ ਜਦੋਂ ਹੈਰਾਨ ਗਏ ਆ ਤਾਂ ਕੋਈ ਤੇਲ ਛੇਲ ਖਰੀਦੇ ਸਨ ਮੋਟਰਸਾਈਕਲ ਦੇ ਉਹਨਾਂ ਨੇ ਗਿਫਟ ਦਿੱਤੇ ਸੀ ਤੇ ਲੇਕਿਨ ਹੈ ਕਿ ਜਿਹੜੇ ਟੂਰ ਤੇ ਪੈਸੇ ਲਾਏ ਨੇ ਉਹ ਆਪਣੇ ਨੇ ਉਹ ਨੀ ਹੈ ਕਿਸੇ ਤੋਂ ਮੰਗੇ ਕਹਿਣਾ ਸਮਝ ਲੈਣਾ ਤੇ ਮੰਗ ਕੇ ਟੂਰ ਵੀ ਕਰਦੇ ਨੇ ਤੇ ਉਹ ਵੀ ਕਿਹੜਾ ਤੁਹਾਡਾ ਮਸਲਾ ਉਹ ਫਿਰ ਹੁੰਦਾ ਹੀ ਰਹਿੰਦਾ ਅੱਜ ਦੇ ਕੰਮ ਹੁੰਦੇ ਰਹੇ ਟੂਰਾਂ ਦੇ ਵਿੱਚ ਸਭ ਚੱਲਦਾ ਤੁਸੀਂ ਵੀ ਚਲਾਓ ਮੈਂ ਜ਼ਰਾ ਥੋੜ੍ਹਾ ਜਿਹਾ ਕੈਮਰਾ ਸਾਫ਼ ਕਰਦਾ ਦੱਸਣਾ ਜ਼ਰਾ ਸਾਫ਼ ਹੋਇਆ ਕਿ ਹਾਂਜੀ ਮੈਂ ਉੱਥੇ ਉਂਗਲੀ ਮਾਰੀ ਉਹ ਸਰ ਜੀ ਉੱਥੇ ਲੋਕ ਜਿਹਾ ਲਿਖਦੇ ਰਹਿੰਦੇ ਨੇ ਆਪਣਾ ਚਲੋ ਕੋਈ ਹੋਟਲ ਵਾਲਾ ਲਿਖ ਦਿੰਦਾ ਆਪਣੀ ਐਡਵਾਂਸ ਉਹ ਠੀਕ ਹੈ ਤੇ ਜਿਹੜੇ ਇਹ ਲੋਕ ਲਿਖਦੇ ਨੇ ਉਹ ਪਿੱਛੇ ਇੱਕ ਕੁੜੀ ਦਾ ਨਾਂ ਲੈ ਕੇ ਤੇ ਲਿਖਿਆ ਸੀ ਆਈ ਲਵ ਯੂ ਹੁਣ ਮੈਂ ਉਹ ਨਾਂ ਨਹੀਂ ਲੈ ਰਿਹਾ ਕਿਉਂਕਿ ਉਹ ਫਿਰ ਕਿਸੇ ਦਾ ਨਾਂ ਹੋਵੇ ਹਾਂ ਤੇ ਉਹ ਹੋ ਸਕਦਾ ਉਹਨਾਂ ਨੂੰ ਪਤਾ ਲੱਗ ਜਾਵੇ ਜੁੱਤੀਆਂ ਪੈਂਦੀਆਂ ਹੁਣ ਲਿਖਣ ਵਾਲੇ ਨੂੰ ਤੇ ਉਹ ਜਨਾਬ ਉਹਦਾ ਨਾਂ ਲਿਖ ਕੇ ਤੇ ਉਹ ਭਾਵੇਂ ਸਾਰੀ ਜ਼ਿੰਦਗੀ ਉੱਥੇ ਆਵੇ ਨਾ ਉਹ ਭਾਵੇਂ ਵੇਖੇ ਨਾ ਤੇ ਜੇ ਤੂੰ ਐਡਾ ਕਰਤੂਤਾਂ ਵਾਲਾ ਹੁੰਦਾ ਤਾਂ ਤੈਨੂੰ ਉੱਥੇ ਰਿਸ਼ਤਾ ਲੱਭ ਜਾਂਦਾ ਤੈਨੂੰ ਗੱਲਬਾਤ ਵੀ ਹੋ ਜਾਂਦੀ ਇੱਥੇ ਲਿਖਣਾ ਪੈ ਇੱਥੇ ਕੀ ਦਰਬਾਰ ਹੈ ਜਿਹੜਾ ਕਿ ਲਿਖਣਾ ਪਿਆ ਜਾ ਜਾ ਕੇ ਕਿਧਰ ਮਸੀਤੇ ਮੱਥਾ ਟੇਕ ਰੱਬ ਅੱਗੇ ਤੇਰੀ ਸੁਣ ਜਾ ਲੇਕਿਨ ਉਸ ਤੋਂ ਪਹਿਲੇ ਮੇਰਾ ਬੱਚਾ ਮੇਰਾ ਲਾਲ ਆਪਣੀਆਂ ਕਰਤੂਤਾਂ ਠੀਕ ਕਰੋ ਆਪਣੀ ਜੇਬ ਭਾਰੀ ਕਰੋ ਤੇ ਫਿਰ ਰਿਸ਼ਤੇ ਰੁਸ਼ਤੇ ਆਪੇ ਲੱਭ ਜਾਣਗੇ ਇੰਜ ਨੀ ਲੱਭਣੇ ਲਿਖਣ ਨਾਲ ਨੀ ਲੱਭਣੇ ਨਹੀਂ ਤੇ ਇਹਦੇ 'ਚ ਨਹੀਂ ਹੈ ਤੇ ਇਹ ਹੈ ਡਿਊਲ ਕੈਮਰਾ ਹੈ ਇਹਦੇ 'ਚ ਲੇਕਿਨ ਇੱਕੋ ਚਲਾਇਆ ਤੇ ਉਹ ਭਾਅ ਜੀ ਉਹ ਜਿਹੜਾ ਮੈਂ ਨੁਸਖਾ ਦੱਸਿਆ ਨਾ ਜੇਬ ਭਾਰੀ ਕਰਨ ਵਾਲਾ ਉਹਦੇ 'ਤੇ ਅਮਲ ਕਰੋ ਤੇ ਤੁਹਾਡਾ ਕੁਛ ਬਣ ਜਾਣਾ ਇੱਥੇ ਲਿਖਿਆ ਲੁਖਿਆ ਕੁਛ ਨੀ ਜੇ ਬਣਨਾ ਹਾਂ ਜੇ ਭਾਰੀ ਹੋਵੇ ਗੱਡੀ ਤੁਹਾਡੇ ਕੋਲ ਹੋਵੇ ਤੇ ਉਹ ਜਿਹੜਾ ਤੁਸੀਂ ਨਾਂ ਲਿਖਿਆ ਨਾ ਉਹਨਾਂ ਨਾਲ ਭਾਵੇਂ ਹੁਣ ਤੱਕ ਤੁਹਾਨੂੰ ਆਪੇ ਕਹਿ ਤਾ ਹੋਵੇ ਕਿਸੇ ਹੱਥ ਨਾਲ ਕਿ ਜੀ ਕਰ ਲਓ ਰਿਸ਼ਤਾ ਤੇ ਬਾਕੀ ਤੂੰ ਲਿਖੀ ਜਾ ਮੇਰਾ ਬੱਚਾ ਜੋ ਮਰਜ਼ੀ ਕਰੀ ਜਾ ਕੁਛ ਨੀ ਹੋਣਾ ਜਾ ਬਾਬਿਆਂ ਨੇ ਕਹਿ ਤਾ ਤੈਨੂੰ ਚਲੋ ਥੋੜ੍ਹਾ ਜਿਹਾ ਕੈਮਰਾ ਚੇਂਜ ਕਰ ਲਈ ਗੱਡੀ ਸਾਰੇ ਇੱਥੇ ਰੋਕ ਦਿੱਤੀ ਹੈ ਤੇ ਉਮੀਦ ਹੈ ਤੁਹਾਨੂੰ ਛੋਟਾ ਜਿਹਾ ਕਲਿੱਪ ਪਸੰਦ ਆਏ ਅੱਲਾਹ ਤਾਲਾ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ